ਸਤਨਾਮ ਵਾਹਿਗੁਰੂ। ਮਨੁੱਖ ਨੇ ਬੜੇ ਹੱਥ ਪੈਰ ਮਾਰੇ, ਪਰ ਮਨ ਚਾਹੀ ਐਸ਼ ਆਰਾਮ ਦੀ ਪ੍ਰਾਪਤੀ ਕਰ ਸਕਣ ਵਾਲੀ ਉਸ ਦੀ ਤ੍ਰਿਸ਼ਨਾ ਕਦੇ ਨਾ ਬੁੱਝੀ। ਦੁਨੀਆਂ ਦੇ ਲਗਭਗ ਸਾਰੇ ਧਰਮ ਗੁਰੂਆਂ ਨੇ ਮਰਨ ਉਪਰੰਤ ਮਿਲ ਜਾਣ ਵਾਲਾ ਸਵਰਗ ਜਾਂ ਬਹਿਸ਼ਤ ਜਾਂ ਪੈਰਾਡਾਈਸ ਇੱਕ ਅਜਿਹਾ ਅਦਭੁਤ ਥਾਂ ਕਲਪ ਲਿਆ ਜਿੱਥੇ ਉਹਨਾਂ ਸਾਰੇ ਐਸ਼ ਆਰਾਮਾਂ ਦੀ ਭਰਮਾਰ ਸੀ। ਜਿਨ੍ਹਾਂ ਸਾਧਨਾਂ ਨੂੰ ਧਰਤੀ ਤੇ ਰਹਿੰਦੇ ਸਮੇਂ ਪਾਪ ਕਰਮ ਦੱਸ ਕੇ ਲੋਕਾਂ ਨੂੰ ਉਹਨਾਂ ਤੋਂ ਵਰਜਿਆ ਹੋਇਆ ਸੀ, ਉਹੀ ਪਾਪ ਕਰਮ ਕਰਨ ਦੀ ਖੁੱਲ ਤੋਹਫੇ ਵਜੋਂ ਸਵਰਗਾਂ ਵਿੱਚ ਮਿਲਦੀ ਵੀ ਧਰਮ ਗੁਰੂਆਂ ਨੇ ਆਪ ਹੀ ਦਰਸਾਈ ਹੋਈ ਸੀ। ਕਲਪਿਤ ਸਵਰਗ ਵਿੱਚ ਸ਼ਰਾਬ ਅਤੇ ਸ਼ਹਿਦ ਦੇ ਦਰਿਆ ਵਗਦੇ ਹਨ। ਕਈ ਪ੍ਰਕਾਰ ਦੇ ਸਵਾਦਿਸ਼ਟ ਫਲਾਂ ਨਾਲ ਲੱਦੇ ਸਦਾ ਬਹਾਰ ਸੋਹਣੇ ਰੁੱਖ ਹਨ। ਖੂਬਸੂਰਤ ਪਰੀਆਂ ਹੂਰਾਂ ਦਾ ਝੁਰਮੁੱਟ ਸਵਰਗਵਾਸੀ ਪ੍ਰਾਣੀਆਂ ਦੇ ਆਲੇ ਦੁਆਲੇ ਹਰ ਸਮੇਂ ਲੱਗਾ ਰਹਿੰਦਾ ਹੈ ਆਦਿਕ। ਹਿੰਦੂ ਧਰਮ ਦੇ ਗ੍ਰੰਥਾਂ ਅਨੁਸਾਰ ਉਸ ਸਵਰਗ ਦਾ ਰਾਜਾ ਦੇਵਰਾਜ ਇੰਦਰ ਨੂੰ ਥਾਪਿਆ ਹੋਇਆ ਹੈ। ਮਨੁੱਖ ਦੀਆਂ ਸਾਰੀਆਂ ਕਾਮਨਾਵਾਂ ਝਟਪਟ ਪੂਰੀਆਂ ਕਰਦੇ ਰਹਿਣ ਲਈ ਪਾਰਜਾਤ ਰੁੱਖ ਅਤੇ ਕਾਮਧੇਨ ਗਊ ਵੀ ਤਤਪਰ ਖੜੇ ਰਹਿੰਦੇ ਹਨ। ਸਵਰਗ ਦੇ ਨਾਲ ਹੀ ਪਾਪੀ ਪ੍ਰਾਣੀਆਂ ਨੂੰ ਨਰਕਾਂ ਵਿੱਚ ਦਿੱਤੇ ਜਾਣ ਵਾਲੇ ਭਿਆਨਕ ਕਸ਼ਟਾਂ ਦਾ ਜ਼ਿਕਰ ਸ਼ਬਦਾਂ ਦੀ ਅਜਿਹੀ ਕੁਟਲਤਾ ਭਰੀ ਚਤੁਰਾਈ ਨਾਲ ਲਿਖਿਆ ਕਿ ਪੜ੍ਹਨ ਸੁਣਨ ਵਾਲਿਆਂ ਨੂੰ ਕਾਂਬਾ ਛਿੜ ਜਾਏ। ਨਰਕ ਇੱਕ ਅਜਿਹਾ ਦੇਸ਼ ਮੰਨਿਆ ਹੈ ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ। ਈਸਾਈਆਂ ਨੇ ਨਰਕ ਨੂੰ ਹੈਲ ਕਹਿ ਲਿਆ ਅਤੇ ਮੁਸਲਮਾਨਾਂ ਨੇ ਇਸ ਨੂੰ ਦੋਜ਼ਖ ਅਥਵਾ ਜਹੰਨਮ ਮਿਥ ਲਿਆ। ਮੁਸਲਮਾਨ ਬਹਿਸ਼ਤਾਂ ਦੀ ਮੰਗ ਕਰਦੇ ਹਨ ਅਤੇ ਹਿੰਦੂ ਸਵਰਗਾਂ ਦਾ ਲਾਲਚੀ ਹੈ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਛੇ ਬਿਸ਼ਤ, ਕੋਈ ਸਿਰ ਗਿੰਦੂ। ਆਓ ਪਹਿਲਾਂ ਗੁਰਮਤ ਦੇ ਸਵਰਗ ਨਰਗ ਦੇ ਦਰਸ਼ਨ ਕਰ ਲਈਏ। ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ, ਹੋਈ ਕਿਰਸਾਨ ਇਮਾਨ ਜਮਾਈ ਲੈ ਬਿਸ਼ਤ ਦੋਜ਼ਕ ਮੂੜੇ ਏਵ ਜਾਨੀ। ਭਾਵ ਆਪਣੇ ਰੋਜ਼ਾਨਾ ਹਰੇਕ ਕਰਮ ਨੂੰ ਜ਼ਮੀਨ ਬਣਾ, ਇਸ ਕਰਮ ਭੂਮੀ ਵਿੱਚ ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ ਉਸ ਅਮਲ ਦੀ ਜ਼ਮੀਨ ਵਿੱਚ ਸਦਾ ਦਿੰਦੇ ਰਹਿ। ਕਿਸਾਨ ਵਰਗਾ ਉਦਮੀ ਬਣ, ਤੇਰੀ ਇਸ ਕਿਰਸਾਨੀ ਵਿੱਚ ਸ਼ਰਧਾ ਦੀ ਖੇਤੀ ਉੱਗੇਗੀ। ਸਿਰਫ ਇਸ ਤਰੀਕੇ ਨਾਲ ਹੀ ਸਮਝ ਆਵੇਗੀ ਕਿ ਬਹਿਸ਼ਤ ਭਾਵ ਸਵਰਗ ਕੀ ਹੈ ਅਤੇ ਦੋਜ਼ਖ ਭਾਵ ਨਰਕ ਕੀ ਹੈ। ਫਿਰ ਤੈਨੂੰ ਹੋਰ ਕਿਸੇ ਸਵਰਗ ਨਰਕ ਦੀ ਲੋੜ ਰਹਿ ਹੀ ਨਹੀਂ ਜਾਏਗੀ। ਸੱਚ ਆਚਾਰ ਬਣਾਈ ਰੱਖਣ ਵਾਲੀ ਇਸ ਸਿੱਖਿਆ ਤੋਂ ਖੁੰਝਿਆ ਮਨੁੱਖ ਜਿਉਂਦਾ ਹੋਇਆ ਹੀ ਨਰਕਾਂ ਦਾ ਵਾਸੀ ਹੈ। ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇਹੇ ਸੋਈ ਸੁਖ ਸਹਿਣਾ, ਜਿੱਥੇ ਰੱਖੇ ਬੈਕੁੰਠ ਤਿਥਾਈ, ਤੂੰ ਸਭਨਾ ਕੇ ਪ੍ਰਿਤਪਾਲਾ ਜੀਓ। ਹੇ ਪ੍ਰਭੂ, ਮੈਂ ਤੇਰੇ ਪਾਸੋਂ ਹੀ ਸਾਰੇ ਪਦਾਰਥ ਲੈਣੇ ਹਨ, ਤੂੰ ਹੀ ਮੇਰੇ ਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਗਹਿਣਾ ਹੈ। ਸੁੱਖ ਚਾਹੇ ਦੁੱਖ, ਜੋ ਕੁਝ ਤੂੰ ਮੈਨੂੰ ਦਿੰਦਾ ਹੈ ਮੈਂ ਉਸ ਨੂੰ ਹੀ ਸੁੱਖ ਜਾਣਦਾ ਹਾਂ। ਹੇ ਪ੍ਰਭੂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਮੈਨੂੰ ਤੂੰ ਜਿੱਥੇ ਰੱਖਦਾ ਹੈ ਮੇਰੇ ਵਾਸਤੇ ਉੱਥੇ ਹੀ ਬੈਕੁੰਠ ਸਵਰਗ ਹੈ। ਹੋਰ ਪ੍ਰਮਾਣ ਦਿੰਦੇ ਹੋਏ ਕਹਿੰਦੇ ਨੇ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿੱਧ ਮਾਹੇ ਨਿਵਾਸਾ। ਜਿਸ ਥਾਂ ਪਰਮਾਤਮਾ ਦੇ ਸੰਤ ਭਾਵ ਗੁਰੂ ਦਾ ਵਾਸਾ ਹੋਵੇ ਉਹੀ ਹੈ ਅਸਲ ਬੈਕੁੰਠ ਸਵਰਗ। ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿੱਚ ਆ ਵਸਦੇ ਹਨ। ਅਸੀਂ ਸਮਝਿਆ ਗੁਰੂ ਨਾਨਕ ਦੇਵ ਜੀ ਉਸ ਥਾਂ ਨੂੰ ਹੀ ਸਵਰਗ ਮੰਨਦੇ ਹਨ ਜਿੱਥੇ ਪ੍ਰਭੂ ਦੀ ਬੰਦਗੀ ਹੁੰਦੀ ਹੋਵੇ, ਅਥਵਾ ਜਿੱਥੇ ਵਾਹਿਗੁਰੂ ਦਾ ਪਿਆਰਾ ਵਸਦਾ ਹੋਵੇ। ਜਿੱਥੇ ਪ੍ਰਭੂ ਦੀ ਸਿਫਤ ਸਲਾਹ ਨਹੀਂ ਕੀਤੀ ਜਾਂਦੀ ਉਹ ਥਾਂ ਨਰਕ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਈਏ, ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਈਏ। ਹੇ ਪ੍ਰਭੂ, ਤੇਰੀ ਭਗਤੀ ਵਿੱਚ ਹੀ ਵਿਕਾਰਾਂ ਤੋਂ ਮੁਕਤੀ ਹੈ, ਸੰਸਾਰ ਦੇ ਸੁੱਖ ਹਨ, ਸੁਚੱਜੀ ਜੀਵਨ ਜਾਚ ਹੈ। ਪਰ ਤੇਰੀ ਭਗਤੀ ਉਹੀ ਕਰਦਾ ਹੈ ਜਿਸ ਪਾਸੋਂ ਤੂੰ ਆਪ ਕਰਾਉਂਦਾ ਹੈ। ਹੇ ਪ੍ਰਭੂ,
ਜਿਸ ਥਾਂ ਤੇਰੀ ਸਿਫਤ ਸਲਾਹ ਹੋ ਰਹੀ ਹੋਵੇ ਮੇਰੇ ਵਾਸਤੇ ਉਹੀ ਥਾਂ ਬੈਕੁੰਠ ਹੈ। ਤੂੰ ਆਪ ਹੀ ਸਿਫਤ ਸਲਾਹ ਕਰਨ ਦੀ ਸ਼ਰਧਾ ਸਾਡੇ ਅੰਦਰ ਪੈਦਾ ਕਰਦਾ ਹੈ। ਸੋ ਸਵਰਗ ਨਰਗ ਨੂੰ ਵੱਖਰਾ ਸਥਾਨ ਮੰਨ ਲੈਣਾ ਜਿੱਥੇ ਪ੍ਰਾਣੀ ਮਰਨ ਉਪਰੰਤ ਜਾਂਦਾ ਹੈ ਇਹ ਇੱਕ ਭਰਮ ਹੈ। ਕਵਨ ਨਰਕ ਕਿਆ ਸਵਰਗ ਵਿਚਾਰਾ ਸੰਤਨ ਦਉ ਰਾਦੇ, ਹਮ ਕਾਹੂ ਕੀ ਕਾਨ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਨਰਕ ਕੀ ਤੇ ਵਿਚਾਰਾ ਸਵਰਗ ਕੀ, ਸੰਤਾਂ ਨੇ ਦੋਵੇਂ ਰੱਦ ਕਰ ਦਿੱਤੇ, ਕਿਉਂਕਿ ਆਪਣੇ ਗੁਰੂ ਦੀ ਕਿਰਪਾ ਨਾਲ ਨਾ ਸਵਰਗ ਅਤੇ ਨਾ ਨਰਕ ਕਿਸੇ ਦੇ ਵੀ ਮੁਥਾਜ ਨਹੀਂ ਹਨ। ਭਾਵ ਪੁਰਾਣਾਂ ਵਿੱਚ ਲਿਖੇ ਸਵਰਗ ਅਥਵਾ ਧਨ ਦੀ ਲੋੜ ਨਹੀਂ, ਸਿਰਫ ਪ੍ਰਭੂ ਦੇ ਪਿਆਰ ਦੀ ਅਤੇ ਗੁਰੂ ਚਰਨਾਂ ਦੀ ਧੂੜ ਦੀ ਹੀ ਲੋੜ ਹੈ। ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲ ਲੈਣ ਵਾਲੇ ਗੁਰਮੁਖ ਨੂੰ ਨਾ ਕਿਸੇ ਮੁਕਤੀ ਦੀ ਅਤੇ ਨਾ ਹੀ ਕਿਸੇ ਸਵਰਗ ਦੀ ਲੋੜ ਰਹਿੰਦੀ ਹੈ। ਗੁਰਬਾਣੀ ਦੇ ਸ਼ਬਦਾਂ ਦੇ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਮਤ ਨਰਕਾਂ ਅਤੇ ਸਵਰਗਾਂ ਵਾਲੇ ਬ੍ਰਾਹਮਣੀ ਖਿਆਲ ਨੂੰ ਮੰਨਣ ਦੀ ਲੋੜ ਨਹੀਂ ਸਮਝਦੀ, ਪਰ ਗੁਰਬਾਣੀ ਦੇ ਹੀ ਕਈ ਸ਼ਬਦਾਂ ਦੇ ਅੱਖਰੀ ਅਰਥਾਂ ਤੋਂ ਟਪਲਾ ਖਾ ਕੇ ਸਾਡੇ ਆਪਣੇ ਕਈ ਉਪਦੇਸ਼ਕ ਪ੍ਰਚਾਰਕ ਨਰਕਾਂ ਅਤੇ ਸਵਰਗਾਂ ਦੀ ਅਡਰੀ ਹੋਂਦ ਵਾਲਾ ਬ੍ਰਾਹਮਣੀ ਭਰਮ ਸੰਗਤਾਂ ਦੇ ਮਨਾਂ ਵਿੱਚ ਪੱਕਾ ਕਰ ਰਹੇ ਹੁੰਦੇ ਹਨ, ਜਿਵੇਂ ਕਿ ਨਾਮ ਵਿਸਾਰ ਦੋਖ ਦੁੱਖ ਸਹੀਏ, ਹੁਕਮ ਪਿਆ ਚਲਣਾ ਕਿਉਂ ਰਹੀਏ, ਨਰਕ ਕੂਪ ਮਹਿ ਗੋਤੇ ਖਾਵੇ, ਜਿਉਂ ਜਲ ਤੇ ਬਾਹਰ ਮੀਨਾ ਹੈ। ਅਜਿਹੇ ਗੁਰੂ ਬਾਣੀ ਫਰਮਾਨਾਂ ਨੂੰ ਬੜੀ ਸੋਖ ਨਾਲ ਵਰਤਿਆ ਜਾ ਸਕਦਾ ਹੈ ਕਿ ਜਿਹੜਾ ਮਨੁੱਖ ਗੁਰੂ ਤੋਂ ਮੂੰਹ ਫੇਰ ਲਵੇ ਉਹ ਜਿੰਨੇ ਮਰਜ਼ੀ ਹੈ ਹੋਰ ਧਰਮ ਕਰਮ ਕਰ ਲਵੇ ਉਹ ਨਰਕਾਂ ਵਿੱਚ ਪੈਣੋਂ ਨਹੀਂ ਬਚ ਸਕਦਾ। ਮਹਾਨ ਕੋਸ਼ ਵਿੱਚ ਨਰਕ ਲਫ਼ਜ਼ ਦੇ ਅਰਥ ਦੁੱਖ ਕਲੇਸ਼ ਨੀਚ ਕਰਮ ਵੀ ਕੀਤੇ ਹਨ। ਜੇ ਕਦੇ ਕਿਸੇ ਨੂੰ ਅਸਾਧ ਅਤੇ ਦੁਖਦਾਈ ਰੋਗ ਵਿੱਚ ਤੜਪਦਾ ਵੇਖੀਏ ਤਾਂ ਸਹਿਜ ਹੀ ਇਹ ਮੋਹ ਨਿਕਲ ਜਾਂਦਾ ਹੈ ਕਿ ਵਿਚਾਰਾ ਜਿਉਂਦਾ ਹੀ ਨਰਕ ਵਿੱਚ ਪਿਆ ਹੋਇਆ ਹੈ। ਇਸ ਲਈ ਬੜੇ ਭਿਆਨਕ ਦੁੱਖ ਦਾ ਨਾਮ ਨਰਕ ਪੈ ਗਿਆ ਹੋਇਆ ਹੈ। ਨਰਕ ਦੇ ਇਸ ਅਰਥਾਂ ਨੂੰ ਗੁਰਬਾਣੀ ਵਿੱਚ ਕਈ ਵਾਰੀ ਵਰਤਿਆ ਗਿਆ ਹੈ, ਭੁੱਲ ਕਰਕੇ ਤੇ ਭਾਵੇਂ ਜਾਣ ਬੁੱਝ ਕੇ। ਇਸ ਪੱਖ ਨੂੰ ਅੱਖੋਂ ਪਰੋਖੇ ਕਰਕੇ ਨਰਕ ਦੇ ਉਹੀ ਅਰਥ ਕਬੂਲੇ ਜਾ ਰਹੇ ਹੁੰਦੇ ਹਨ ਜਿਹੜੇ ਬ੍ਰਾਹਮਣੀ ਗ੍ਰੰਥਾਂ ਨੇ ਹਜ਼ਾਰਾਂ ਸਾਲਾਂ ਤੋਂ ਪ੍ਰਚਾਰੇ ਹੋਏ ਹਨ। ਅਨਿਕ ਤਪੱਸਿਆ ਕਰ ਅਹੰਕਾਰ, ਨਰਕ ਸਵਰਗ ਫਿਰ ਫਿਰ ਅਵਤਾਰ, ਭਾਵ ਅਨੇਕਾਂ ਤਪ ਤੇ ਸਾਧਨ ਕਰਕੇ ਜੋ ਇਹਨਾਂ ਦਾ ਮਾਨ ਕਰੇ ਹੰਕਾਰ ਕਰੇ ਤਾਂ ਉਹ ਵੀ ਨਰਕਾਂ ਸਵਰਗਾਂ ਵਿੱਚ ਹੀ ਮੁੜ ਮੁੜ ਜੰਮਦਾ ਹੈ। ਇਸ ਦਾ ਭਾਵ ਹੈ ਕਿ ਕਦੇ ਸੁੱਖ ਤੇ ਕਦੇ ਦੁੱਖ ਭੋਗਦਾ ਰਹਿੰਦਾ ਹੈ। ਗੁਰਬਾਣੀ ਬਾਰ ਬਾਰ ਸਮਝਾਉਂਦੀ ਹੈ ਕਿ ਪੁਰਾਣਕ ਨਰਕ ਸਵਰਗ ਵਾਲੇ ਸਿਧਾਂਤ ਨੂੰ ਗੁਰਮਤ ਵਿੱਚ ਕੋਈ ਥਾਂ ਨਹੀਂ। ਸੋ ਗੁਰਬਾਣੀ ਦੇ ਕਿਸੇ ਵੀ ਸ਼ਬਦ ਦੇ ਅਰਥ ਕਰਨ ਸਮੇਂ ਇਸ ਪੱਕੇ ਸਿਧਾਂਤ ਦੀ ਖੰਡਨਾ ਨਹੀਂ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।